ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਖਬਰੀ ਲਾਲ ਟੀਵੀ। ਇਸ ਵਕਤ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਤੁਹਾਨੂੰ ਦੱਸ ਦਈਏ ਕਿ ਸੰਜੀਵ ਅਰੋੜਾ ਜਿਹੜੇ ਸੰਸਦ ਨੇ, ਰਾਜ ਸਭਾ ਮੈਂਬਰ ਨੇ ਲੁਧਿਆਣੇ ਤੋਂ, ਉਹਨਾਂ ਦੇ ਨਾਲ ਦਲਜੀਤ ਸਿੰਘ ਗਰੇਵਾਲ ਭੋਲਾ ਹਲਕਾ ਲੁਧਿਆਣਾ ਈਸਟ ਦੇ MLA ਤੇ ਮਦਨ ਲਾਲ ਬੱਗਾ MLA ਨੇ ਮੁਲਾਕਾਤ ਕੀਤੀ ਹੈ ਨਿਤਿਨ ਗਡਕਰੀ ਜੀ ਨਾਲ। ਤੁਹਾਨੂੰ ਦੱਸ ਦਈਏ ਕਿ ਵੱਡੀ ਮੰਗ ਰੱਖੀ ਗਈ ਹੈ ਤੇ ਉਸਨੂੰ ਹਰੀ ਝੰਡੀ ਵੀ ਮਿਲਦੀ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਉਹਨਾਂ ਵੱਲੋਂ ਮੰਗ ਰੱਖੀ ਗਈ ਹੈ ਕਿ ਜਿਹੜਾ ਫਿਰੋਜ਼ਪੁਰ ਰੋਡ ਤੇ ਐਲੀਵੇਟਿਡ ਰੋਡ ਬਣਿਆ ਹੋਇਆ, ਉਸੇ ਦੇ ਤਰਜ ਤੇ ਜਲੰਧਰ ਬਾਈਪਾਸ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਵੀ ਐਲੀਵੇਟਿਡ ਰੋਡ ਬਣਾਈ ਜਾਵੇ। ਤੁਹਾਨੂੰ ਦੱਸ ਦਈਏ ਕਿ ਜਿਹੜਾ ਸ਼ਹਿਰ ਨੂੰ ਦੋ ਹਿੱਸਿਆਂ ਦੇ ਵਿੱਚ NHAI ਵੰਡਦਾ ਹੋਇਆ, ਉਸ ਨੂੰ ਲੈ ਕੇ ਹੀ ਇਹ ਵੱਡੀ ਮੰਗ ਰੱਖੀ ਗਈ ਸੀ ਜਿਸਨੂੰ ਹਰੀ ਝੰਡੀ ਮਿਲਦੀ ਦਿਖਾਈ ਦੇ ਰਹੀ ਹੈ। ਤੇ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਗੱਲਬਾਤ ਕਰਦੇ ਕੀ ਕੁਛ ਦੱਸਿਆ, ਤੁਹਾਨੂੰ ਪੂਰੀ ਵੀਡੀਓ 'ਚ ਦੱਸਾਂਗੇ। ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਕਿ ਇਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਜਿਹੜੇ ਰੋਡ ਹੈ ਉਹਨਾਂ ਨੂੰ ਚਾਰ ਜਗ੍ਹਾ ਤੋਂ ਅਸੀਂ ਓਪਨ ਵੀ ਕਰਕੇ ਤੇ ਬਾਈਪਾਸ ਬਣਾ ਦਈਏ। ਤੁਹਾਨੂੰ ਦੱਸ ਦਈਏ ਕਿ ਸੁੰਦਰ ਨਗਰ ਤੋਂ ਸੁਭਾਸ਼ ਨਗਰ ਦੇ ਵਿੱਚ ਇੱਕ ਚੌਂਕ ਦੀ ਮੰਗ ਕੀਤੀ ਗਈ ਹੈ। ਲੁਧਿਆਣਾ ਦੇ ਕੈਲਾਸ਼ ਨਗਰ ਚੌਂਕ, ਕਾਕੋਵਾਲ ਚੌਂਕ, ਸ਼ੇਖੋਵਾਲ, ਕਾਲੀ ਬਿੰਦਰਾ ਕਲੋਨੀ, ਪ੍ਰਿੰਗਲ ਗਰਾਊਂਡ, ਬਲ ਸਿੰਘ ਨਗਰ, ਕੈਲਾਸ਼ ਨਗਰ, ਜੱਸੀਆਂ ਰੋਡ ਤੇ ਇਹਨਾਂ ਵੱਲ ਕਰੋਸਿੰਗ ਦੀ ਇੱਕ ਮੰਗ ਕੀਤੀ ਗਈ ਹੈ ਕਿਉਂਕਿ ਸ਼ਹਿਰ ਨੂੰ ਜਿਹੜਾ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਦਾ ਹੈ। ਆਓ ਤੁਹਾਨੂੰ ਸੁਣਾਉਂਦੇ ਹਾਂ ਕਿ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਸਾਡੀ ਟੀਮ ਨਾਲ ਗੱਲਬਾਤ ਕਰਦੇ ਹੋਏ ਕੀ ਦੱਸਿਆ। ਸਾਡੇ ਵਿਧਾਨ ਸਭਾ ਹਲਕਾ ਪੂਰਬੀ ਦੇ ਨੈਸ਼ਨਲ ਹਾਈਵੇ ਦੇ ਜਿਹੜੇ ਕਾਫੀ ਇਸ਼ੂ ਸੀਗੇ, ਜਿਵੇਂ ਕਿ ਪਹਿਲਾਂ ਕਹਿ ਸਕਦੇ ਹਾਂ ਵੀ ਆਪਾਂ ਵਿਧਾਨ ਸਭਾ ਹਲਕਾ ਪੂਰਬੀ ਦੇ ਸ਼ਹਿਰ ਨੂੰ ਪਾਕਿਸਤਾਨ ਅਤੇ ਭਾਰਤ ਬਣਾ ਦਿੱਤਾ ਗਿਆ ਸੀਗਾ ਅਤੇ ਉਹਦੇ ਵਾਸਤੇ ਮੈਂ 2011 ਤੋਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਸੀ ਕਿਉਂਕਿ ਸਹੀ ਮੈਨੇ ਸ਼ੇਰਪੁਰ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ ਸਾਰਾ ਐਲੀਵੇਟ ਚਾਹੀਦਾ ਸੀ ਜਿਵੇਂ ਫਗਵਾੜੇ ਬਣਿਆ। ਪਰ ਤਾਜਪੁਰ ਰੋਡ, ਟਿੱਬਾ ਰੋਡ ਦੇ ਉੱਤੇ ਮਤਲਬ ਕਿ 7 ਸਾਲ ਦਾ ਸੰਘਰਸ਼ ਤੋਂ ਬਾਅਦ ਤਾਜਪੁਰ ਟਿੱਬਾ ਰੋਡ ਮਤਲਬ ਕਿ ਇਸ ਫਲਾਈਓਵਰ ਬਣ ਗਿਆ ਅਤੇ ਫਿਰ ਉਹਦੇ 'ਚ ਵੀ ਫਿਰ ਕਮੀਆਂ ਰਹਿ ਗਈਆਂ, ਜਿਵੇਂ ਕਿ ਆਪਣੇ ਭਗਵਾਨ ਨਗਰ, ਸ਼ਕਤੀ ਨਗਰ ਰੋਡ ਨੂੰ ਜਿਹੜੇ ਕਰੋਸਿੰਗ ਆ ਸੁੰਦਰ ਨਗਰ ਨੂੰ, ਅਤੇ ਉੱਥੇ ਮਤਲਬ ਕਿ ਬਹੁਤ ਵੱਡੀ ਪ੍ਰੋਬਲਮ ਆਉਂਦੀ, ਉੱਥੇ ਐਕਸੀਡੈਂਟ ਹੁੰਦੇ ਸੀਗੇ ਬਹੁਤ ਜ਼ਿਆਦਾ, ਬਹੁਤ ਕੀਮਤੀ ਜਾਨਾਂ ਜਾਂਦੀਆਂ ਸੀਗੀਆਂ। ਅਤੇ ਕੈਲਾਸ਼ ਨਗਰ ਰੋਡ 'ਤੇ ਉਹਦੇ ਸਾਹਮਣੇ ਬਾਲ ਸਿੰਘ ਨਗਰ, ਉਹ ਇਸੇ ਤਰ੍ਹਾਂ ਕਾਕੋਆ ਰੋਡ 'ਤੇ ਸਾਹਮਣੇ ਸੇਖੇਵਾਲ, ਉਹ ਇਸੇ ਤਰ੍ਹਾਂ ਕਾਲੀ ਸੜਕ ਸਾਹਮਣੇ ਪ੍ਰਿੰਗਲ ਹੋਜਰੀ ਵਾਲਾ ਰੋਡ, ਇਹਨਾਂ ਦੇ ਉੱਤੇ ਇਕੱਠੇ ਨਹੀਂ ਸੀ ਉੱਥੇ ਲੇਬਰ, ਕਿਉਂਕਿ ਇੱਕ ਪਾਸੇ ਸਾਰੀ ਇੰਡਸਟਰੀ ਆ, ਇੱਕ ਪਾਸੇ ਸਾਰੇ ਸਕੂਲ ਨੇ, ਇੱਕ ਪਾਸੇ ਸਾਰੇ ਕਾਲਜ ਨੇ, ਇੱਕ ਪਾਸੇ ਰਹਾਇਸ਼ ਆ, ਅਤੇ ਉਹ ਕਰਕੇ ਪ੍ਰੋਬਲਮ ਵੱਡੀ ਆ ਰਹੀ ਸੀ। ਉਹਦੇ ਵਾਸਤੇ ਕੱਲ੍ਹ ਸਾਡੇ ਜਿਹੜੇ ਕੇਂਦਰ ਦੇ ਮੰਤਰੀ ਨੇ, ਕੈਬਨਿਟ ਮੰਤਰੀ ਨੇ, ਸਰਫੇਸ ਟਰਾਂਸਪੋਰਟ ਮੰਤਰੀ ਨੇ, ਅਤੇ ਉਹਨਾਂ ਨੂੰ ਮਿਲ ਕੇ ਉਹ ਮੰਗ ਰੱਖੀ ਗਈ ਹੈ ਵੀ ਉੱਥੇ ਵੀ ਫਲਾਈਓਵਰ ਬਣਾ ਕੇ ਜਿਹੜਾ ਨੈਸ਼ਨਲ ਹਾਈਵੇ ਦੇ ਟ੍ਰੈਫਿਕ ਉੱਪਰੋਂ ਕੱਢੀ ਜਾਵੇ ਅਤੇ ਸਾਨੂੰ ਉੱਥੋਂ ਰਸਤਾ ਦਿੱਤਾ ਜਾਵੇ। ਅਤੇ ਉਹਦੇ ਵਾਸਤੇ ਉਹਨਾਂ ਨੇ ਹਾਂਬੀ ਭਰੀ ਆ ਅਤੇ ਉਹ ਕੱਲ੍ਹ ਫੋਨ ਵੀ ਮਿਲ ਕੇ, ਜਿਹੜਾ ਪ੍ਰੋਜੈਕਟ ਮਿਲ ਕੇ ਡਾਇਰੈਕਟਰ ਹੈ ਸਾਡਾ PD ਮਿਲ ਕੇ ਇੱਥੇ ਦਾ ਹੈਗਾ, ਅਤੇ ਜਾਂ RO ਜਿਹੜਾ ਮਿਲ ਕੇ ਬੈਠਦਾ ਵਾ ਪੰਚਕੂਲੇ, ਉਹਨਾਂ ਨੂੰ ਹਦਾਇਤ ਕਰ ਦਿੱਤੀ, ਫੋਨ ਵੀ ਕਰ ਦਿੱਤਾ, ਮਾਰਕ ਵੀ ਕਰ ਦਿੱਤੀ ਆ, ਅਤੇ ਉਹਨਾਂ ਦਾ ਵੀ ਫੋਨ ਆ ਗਿਆ ਅਤੇ ਇੱਕ ਦਿਨ 'ਚ ਵਿਜਿਟ ਕਰਕੇ ਅਤੇ ਉਹਦਾ ਪਲਾਨ ਕਰਕੇ ਉੱਥੇ ਮਿਲ ਕੇ ਜਿਹੜਾ ਨੈਸ਼ਨਲ ਹਾਈਵੇ ਦੀ ਟ੍ਰੈਫਿਕ ਆ ਉੱਪਰੋਂ ਕੱਢੀ ਜਾਊਗੀ ਅਤੇ ਇੱਧਰੋਂ ਮਿਲ ਕੇ ਖੁੱਲ੍ਹਾ ਕੀਤਾ ਜਾਊਗਾ ਰਸਤਾ, ਅਤੇ ਉਹ ਜਲਦੀ ਹੀ ਮਿਲ ਕੇ ਹੋਣ ਜਾ ਰਿਹਾ। ਅਤੇ ਮੈਂ ਤਾਂ ਇਹੀ ਧੰਨਵਾਦ ਕਰਦਾ ਵੀ ਸੰਗਤਾਂ ਨੇ, ਵਿਧਾਨ ਸਭਾ ਹਲਕਾ ਪੂਰੀ ਸੰਗਤ ਨੇ ਹਮੇਸ਼ਾ ਅਸ਼ੀਰਵਾਦ ਰੱਖਿਆ ਅਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਟਿੱਬਾ ਰੋਡ ਅਤੇ ਤਾਜਪੁਰ ਰੋਡ ਦਾ ਫਲਾਈਓਵਰ ਬਣ ਗਿਆ ਅਤੇ ਉਹਨਾਂ ਦੇ ਅਸ਼ੀਰਵਾਦ ਸਦਕਾ ਜਿਹੜੇ ਹੁਣ ਜਿਹੜੇ 4 ਇਕੱਠ ਨੇ ਅਤੇ ਉਹ ਵੀ ਬਣ ਗਏ ਤਾਂ ਕਿ ਉਹਦੇ ਨਾਲ ਜਿੱਥੇ ਮਤਲਬ ਕਿ ਕੀਮਤੀ ਜਾਨਾਂ ਬਚਣਗੀਆਂ, ਜਿਹੜੇ ਐਕਸੀਡੈਂਟ ਹੋ ਰਹੇ ਨੇ ਉੱਥੇ ਮਤਲਬ ਕਿ ਜਿਹੜਾ ਪੋਲੂਸ਼ਨ ਹੋ ਰਿਹਾ ਵਾ, ਜਿਹੜਾ ਲੋਕਾਂ ਦਾ ਸਮਾਂ ਵੇਸਟ ਹੋ ਰਿਹਾ, ਜਿਹੜਾ ਲੋਕਾਂ ਦਾ ਪੈਟਰੋਲ ਡੀਜ਼ਲ ਵੇਸਟ ਹੋ ਰਿਹਾ, ਜਿਹੜਾ ਲੋਕਾਂ ਨੂੰ ਟੈਨਸ਼ਨ ਪੈ ਰਹੀ ਆ ਅਤੇ ਘੁੰਮ ਕੇ ਆਉਣਾ ਪੈ ਰਿਹਾ, ਅਤੇ ਉਹਨੂੰ ਵੀ ਰਾਹਤ ਮਿਲੂਗੀ, ਇਹ ਜਲਦੀ ਕਰਾਂ। ਸੋ ਇਹ ਸਨ ਦਲਜੀਤ ਸਿੰਘ ਭੋਲਾ ਗਰੇਵਾਲ MLA ਹਲਕਾ ਈਸਟ, ਜਿਨ੍ਹਾਂ ਨੇ ਕੱਲ੍ਹ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਹੈ ਅਤੇ ਜਿਹੜੀ ਵੀ ਮੰਗ ਹੈ ਉਹਨਾਂ ਨੇ ਰੱਖੀ ਹੈ ਉਹ ਸਾਨੂੰ ਦੱਸੀ ਹੈ। ਕੈਮਰਾਮੈਨ ਬੱਲੂ ਦੇ ਨਾਲ ਮੁਹੰਮਦ ਸੋਹਰਾਬ ਦੀ ਰਿਪੋਰਟ।